लोकसभा चुनाव दी जिसे पहले गेड़ तहत बीते दिन वोटिंग हुई, बीते दिन 64% वोटिंग हुई है। सब तो बाद लक्षद्वीप 83.88% मतदान हुआ है। सुदास दिए कि पहले गेड़ तहत बीते दिन वोटिंग हुई है और अजय विचकार सवेरे 7 बजे तो जो वोटिंग का काम शुरू हुआ है शाम 6 बजे तक जारी रहा। सब तो बाद लक्षद्वीप 83.88% मतदान जो है दर्ज किया गया है और दस दिए कि इसनाल त्रिपुरा 81.62%, मेघालय 74.50%, पौंडीचेरी 78.80% वोटिंग हुई है, असम 75.95%, सिक्किम 80.3%, तमिलनाडु 69.46% मतदान दर्ज किया गया है। कल राजस्थान की करिए इतने 57.26%, छत्तीसगढ़ 60.56%, जम्मू कश्मीर 68.27% मतदान दर्ज किया गया। उधर मणिपुर 72.17%, महाराष्ट्र 61.87% वोटिंग हुई है। साल 2019 के मुकाबले हालांकि इस बार पहले गेड़ के घट वोटिंग हुई है। हालांकि सवेर तो कई थावां पर बड़िया लंबी कतारा जरूर देखने मिली, लेकिन हूँ क्योंकि गर्मी का भी असर कई थावां पर जरूर नजर आया। बिहार में सब तो घट जी है वह पोलिंग दर्ज की गई है। हालांकि इस मौके पर कई पोलिंग बूथ जड़े कि संवेदनशील सन, खासे सख्त इंतजाम सुरक्षा के लिहाज के किए गए सन। असाम 75.95%, सिक्किम भी 80% तो वाद पोलिंग हुई है। राजस्थान 57.26%, छत्तीसगढ़ 60.56%, मणिपुर जिथे कि खासा तनाव लगातार देखने मिले उ 72.17% पोलिंग हुई है। हालांकि जे साल 2019 के मुकाबले दे देखा जाए तो आंकड़े मुताबिक पहले गेड़ इतने वोटिंग घट हुई है। सो लोकसभा चुनाव के पहले गेड़ दियां ए तस्वीरां जो बीते दिन सामने आईयां, कुल 7 फेजिज़ दे विच वोटिंग होनी है। 4 जून नतीजे आउणगे जिस तों बाद तस्वीर साफ होएगी कि देश विच अगली सरकार किसकी बनेगी। हालांकि हर पार्टी हर उम्मीदवार वालों अपनी जित लई पूरा वाह भी लगाया जा रहा और अपनी जित नूं लैके दावे भी किए जा रहे हैं। बहरहाल जनता है और यह तस्वीरां किस कदर इत्थे लंबीयां कतारां कई थावां ते सवेर सारी लग गईयां सन क्योंकि कई थावां ते मौसम का असर ਜਿਵੇਂ ਜਿਵੇਂ ਦਿਨ ਚੜ੍ਹ ਰਿਹਾ ਸੀ ਗਰਮੀ ਦਾ ਪ੍ਰਕੋਪ, ਸੋ ਜੇ ਵਿਚਕਾਰ ਸਵੇਰ ਵੇਲੇ ਹੀ ਲੋਕ ਜਿਹੜੇ ਨੇ ਉਹ ਆਪਣੀ ਵੋਟ ਭੁਗਤਾ ਰਹੇ ਸਨ। ਕਈ ਦਿੱਗਜਾਂ ਵੱਲੋਂ ਵੀ ਸਵੇਰ ਸਾਰ ਹੀ ਆਪਣੀ ਵੋਟ ਭੁਗਤਾ ਲਈ ਗਈ ਔਰ ਪਹਿਲੇ ਗੇੜ ਦੀ ਵੋਟਿੰਗ ਦੇ ਤਹਿਤ ਕਈ ਦਿੱਗਜਾਂ ਦੀ ਕਿਸਮਤ ਹੁਣ ਪਿਟਾਰੇ ਵਿੱਚ ਕੈਦ ਹੋ ਚੁੱਕੀ ਹੈ। 4 ਜੂਨ ਨੂੰ ਚੋਣ ਨਤੀਜੇ ਦੱਸਣਗੇ ਕਿ ਆਖਿਰ ਕਿਸ ਦੇ ਹੱਕ 'ਚ ਜਨਤਾ ਨੇ ਫਤਵਾ ਦਿੱਤਾ। ਸੋ ਇਹ ਤਸਵੀਰਾਂ ਅਤੇ ਆਂਕੜੇ ਜੋ ਸਾਹਮਣੇ ਆਏ ਨੇ ਕਿਸ ਕਦਰ ਇਹ ਪੋਲਿੰਗ ਹੋਈ ਹੈ। ਹਾਲਾਂਕਿ ਬੜੇ ਇੰਤਜ਼ਾਮ ਕੀਤੇ ਗਏ ਸਨ ਔਰ ਕਈ ਥਾਵਾਂ ਤੋਂ ਤਸਵੀਰਾਂ ਖੂਬਸੂਰਤ ਜਿੱਥੇ ਕਿ ਕਈ ਬਜ਼ੁਰਗ ਜਿਹੜੇ ਚੱਲਣ 'ਚ ਵੀ ਅਸਮਰਥ, ਲੇਕਿਨ ਭਾਵੇਂ ਉਹ ਵੀਲਚੇਅਰ 'ਚ ਆਏ ਜਾਂ ਉਹਨਾਂ ਨੂੰ ਚੁੱਕ ਕੇ ਲਿਆਇਆ ਗਿਆ, ਲੇਕਿਨ ਉਹਨਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਕਈ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈ ਇੱਥੇ ਕਿ ਵਿਆਹ ਦੇ ਬੰਧਨ ਵਿੱਚ ਬੱਝਣ ਤੋਂ ਪਹਿਲਾਂ ਹੀ ਇੱਥੇ ਵੋਟਿੰਗ ਕਰਦੇ ਲਾੜੀ ਨਜ਼ਰ ਆਈ ਜਾਂ ਵਿਆਹ ਤੋਂ ਫੇਰਿਆਂ ਤੋਂ ਬਾਅਦ ਇੱਥੇ ਵੋਟਿੰਗ ਕਰਨ ਪਹੁੰਚੇ। ਸੋ ਅਜੇ ਵਿਚਕਾਰ ਇਹ ਲਗਾਤਾਰ ਤਸਵੀਰਾਂ ਵੀ ਜ਼ਰੂਰ ਸਾਹਮਣੇ ਆਈਆਂ ਜੋ ਹੋਰਨਾਂ ਨੂੰ ਵੀ ਲਗਾਤਾਰ ਪ੍ਰੇਰਿਤ ਕਰ ਰਹੀਆਂ ਸਨ। ਹਾਲਾਂਕਿ 2019 ਦੇ ਮੁਕਾਬਲੇ ਇੱਥੇ ਵੋਟ ਫੀਸਦ ਥੋੜ੍ਹਾ ਜਿਹਾ ਘੱਟ ਦਰਜ ਕੀਤਾ ਗਿਆ। ਦੇਖਣਾ ਹੋਏਗਾ ਆਉਣ ਵਾਲੇ ਜਿਹੜੇ ਫੇਜ਼ਸ ਨੇ ਕਿਉਂਕਿ ਕੁੱਲ 7 ਗੇੜਿਆਂ ਦੇ ਵਿੱਚ ਇਹ ਪੋਲਿੰਗ ਹੋਣੀ ਹੈ। ਸੋ ਜੇ ਵਿਚਕਾਰ ਕਿਸ ਤਰ੍ਹਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੋਲਿੰਗ ਹੁੰਦੀ ਹੈ, ਵੋਟਿੰਗ ਹੁੰਦੀ ਹੈ, ਦੇਖਣਾ ਬੜਾ ਅਹਿਮ ਰਹੇਗਾ। 4 ਜੂਨ ਨੂੰ ਚੋਣ ਨਤੀਜੇ ਆਉਣਗੇ ਜਿਸ ਤੋਂ ਬਾਅਦ ਤਸਵੀਰ ਸਾਫ਼ ਹੋਏਗੀ ਕਿ ਦੇਸ਼ ਦੀ ਜਨਤਾ ਨੇ ਇੱਕ ਵਾਰ ਫਿਰ ਕਿਸ ਨੂੰ ਫਤਵਾ ਦਿੱਤਾ ਹੈ। ਕਿਆ ਹੈਟ੍ਰਿਕ ਵੱਲ ਜਾਏਗੀ NDA ਜਾਂ ਫਿਰ ਜੋ ਇੰਡੀਆ ਗਠਜੋੜ ਹੈ, ਜੋ ਅਲਾਇੰਸ ਹੋਇਆ ਇਸ ਵਾਰ ਟੱਕਰ ਦੇਣ ਲਈ ਇੰਡੀਆ ਨੂੰ, ਉਹ ਕਾਮਯਾਬ ਹੁੰਦੀ ਹੈ। ਇਸ ਦੇ ਲਈ ਹਲੇ ਇੰਤਜ਼ਾਰ ਲੰਮਾ ਕਰਨਾ ਪਏਗਾ ਕਿਉਂਕਿ 4 ਜੂਨ ਨੂੰ ਚੋਣ ਨਤੀਜੇ ਆਉਣਗੇ। ਸੋ ਇੱਥੇ ਪੌਂਡੀਚੇਰੀ ਵਿੱਚ 78.80% ਪੋਲਿੰਗ ਦਰਜ ਕੀਤੀ ਗਈ ਅਤੇ ਸਿੱਕਿਮ ਵਿੱਚ 80.3% ਹੈ ਪਹਿਲੇ ਗੇੜ ਦੀ ਜਿਹੜੀ ਪੋਲਿੰਗ ਹੈ। ਉੱਥੇ ਤ੍ਰਿਪੁਰਾ ਵਿੱਚ 81.62% ਪੋਲਿੰਗ ਦਰਜ ਕੀਤੀ ਗਈ ਹੈ। ਸੋ ਇਹ ਆਂਕੜੇ ਜੋ ਸਾਹਮਣੇ ਆਏ ਨੇ
ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨੇ। ਉੱਤਰ ਪ੍ਰਦੇਸ਼ ਦੀ ਗੱਲ ਕਰੀਏ 60.25%, ਤਾਂ ਉੱਤਰਾਖੰਡ ਵਿੱਚ 55.99% ਪੋਲਿੰਗ ਹੋਈ ਹੈ। ਉੱਧਰ ਪੱਛਮ ਬੰਗਾਲ ਵਿੱਚ 80.55%, ਹਾਲਾਂਕਿ ਕਈ ਥਾਵਾਂ 'ਤੇ ਹਿੰਸਾ ਦੀ ਖਬਰਾਂ ਜ਼ਰੂਰ ਸਾਹਮਣੇ ਆਈਆਂ। ਮੱਧ ਪ੍ਰਦੇਸ਼ ਵਿੱਚ 67.08% ਪੋਲਿੰਗ ਹੋਈ। ਮਹਾਰਾਸ਼ਟਰ ਵਿੱਚ 61.87% ਪੋਲਿੰਗ ਦਰਜ ਕੀਤੀ ਗਈ। ਜੰਮੂ ਕਸ਼ਮੀਰ ਦੀ ਗੱਲ ਕਰੀਏ 68.27%, ਤਾਂ ਛੱਤੀਸਗੜ੍ਹ ਵਿੱਚ 67.56% ਪੋਲਿੰਗ ਦਰਜ ਕੀਤੀ ਗਈ ਹੈ। ਆਸਾਮ ਦੇ ਵਿੱਚ ਖਾਸੀ ਪੋਲਿੰਗ ਹੋਈ ਹੈ 75.95%, ਉੱਥੇ ਲਕਸ਼ਵਦੀਪ ਵਿੱਚ ਸਭ ਤੋਂ ਵੱਧ 83.88%, ਤਾਂ ਅਰੁਣਾਚਲ ਪ੍ਰਦੇਸ਼ ਵਿੱਚ 72.74% ਪੋਲਿੰਗ ਹੋਈ ਹੈ। ਅੰਡਮਾਨ ਨਿਕੋਬਾਰ ਵਿੱਚ 63.99%, ਤਾਂ ਤਮਿਲਨਾਡੂ ਵਿੱਚ 69.40% ਪੋਲਿੰਗ ਦਰਜ ਕੀਤੀ ਗਈ ਹੈ। ਸੋ ਇਹ ਅੰਕੜੇ ਨੇ ਜੋ ਵੱਖ ਵੱਖ ਥਾਵਾਂ 'ਤੇ, ਕਿਉਂਕਿ ਕੁੱਲ 102 ਸੀਟਾਂ ਲਈ ਵੋਟਿੰਗ ਹੋਈ ਬੀਤੇ ਦਿਨ, ਸੋ ਜੇ ਵਿਚਕਾਰ ਬੜੇ ਇੰਤਜ਼ਾਮ ਵੀ ਕੀਤੇ ਗਏ ਸਨ ਤਾਂ ਜੋ ਵੋਟਰਸ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਸਕਣ, ਜਿਨ੍ਹਾਂ ਵਿੱਚ ਕਈ ਥਾਵਾਂ 'ਤੇ ਬਜ਼ੁਰਗਾਂ ਦੀਆਂ ਜਿਹੜੀ ਆਮਦ ਜਾਰੀ ਰਹੀ ਭਾਵੇਂ ਵੀਲਚੇਅਰ 'ਤੇ ਆਏ ਜਾਂ ਕਿਸੇ ਸਹਾਇਤਾ ਦੇ ਨਾਲ, ਲੇਕਿਨ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਦੇ ਨਜ਼ਰ ਆਏ।